और वार्ड दे विच एक सुविधा सेंटर की सुविधा भी उपलब्ध कराऊँ। फतेहगढ़ जिला की मैं जिम्मेवारी लूँगा, मैं इनू आवारा पशुओं तो मुक्त कर। ਨੰਬਰ ਵਾਰਡ ਤੋਂ ਆਪਾਂ ਇਸ ਵਾਰ ਇਲੈਕਸ਼ਨ ਲੜ ਰਹੇ ਹਾਂ, ਇਸ ਤੋਂ ਪਹਿਲਾਂ ਕਿਹੜੇ ਕਿਹੜੇ ਵਾਰਡ ਦੇ ਲੋਕਾਂ ਨਾਲ ਤੁਸੀਂ ਰਾਬਤਾ ਤੁਹਾਡਾ ਰਿਹਾ, ਐਮਸੀ ਰਹੇ ਹੋ ਤੁਸੀਂ ਉੱਥੇ? ਮੈਂ 2003 ਦੇ ਵਿੱਚੋਂ ਵਾਰਡ ਨੰਬਰ 4 ਜਿਹਦਾ ਕਾਫੀ ਹਿੱਸਾ ਇਸ ਟਾਈਮ ਜਿਹੜਾ ਵਾਰਡ ਨੰਬਰ 6 ਬਣਿਆ ਉਹਦੇ ਵਿੱਚ ਪੈਂਦਾ। ਮੈਂ 2003 ਦੇ ਵਿੱਚ ਵਾਰਡ ਨੰਬਰ 4 ਦੇ ਵਿੱਚੋਂ ਜਿੱਤਿਆ ਸੀ ਅਤੇ ਉਹ ਤੋਂ ਬਾਅਦ 2008 ਦੇ ਵਿੱਚ ਵੀ ਵਾਰਡ ਨੰਬਰ 4 ਹੀ ਵੱਜਦਾ ਸੀ, ਇਹ ਉਦੋਂ ਵੀ ਮੈਂ ਜਿੱਤਿਆ ਸੀਗਾ ਉਰਿਓਂ। 2008 ਤੋਂ ਲੈ ਕੇ 2015 ਤੱਕ ਇਹ ਟਰਮ ਸੀ ਸਾਡੀ, ਔਰ ਉਸ ਲਾਸਟ ਟਾਈਮ ਮੈਂ ਇਲੈਕਸ਼ਨ ਨਹੀਂ ਲੜੇ ਸੀਗੇ ਅਤੇ ਐਸ ਕੀ ਮੈਂ ਆਪਣੇ ਵਾਰਡ ਵਾਸੀਆਂ ਨੂੰ ਜਿਹੜਾ ਵਾਰਡ ਨੰਬਰ 6 ਬਣ ਗਿਆ ਉਹਨਾਂ ਨੂੰ ਅਪੀਲ ਕਰਦਾ ਹੈ ਕਿ ਮੈਨੂੰ ਆਜ਼ਾਦ, ਮੈਂ ਐਤਕੀ ਖੜ੍ਹਾ, ਬੰਸਰੀ ਮੇਰਾ ਚੋਣ ਨਿਸ਼ਾਨ ਹੈ ਅਤੇ ਮੈਨੂੰ ਵੱਧੋ ਵੱਧ ਵੋਟਾਂ ਪਾ ਕੇ ਜਿੱਤਾਂ। ਕੀ ਟਾਰਗੇਟ ਆ ਜੀ ਅਤੇ ਇੱਥੇ ਕਿਹੜੀ ਕਿਹੜੀਆਂ ਸਮੱਸਿਆਵਾਂ ਦਾ ਲੋਕਾਂ ਨੂੰ ਜੂਝਣਾ ਪੈ ਰਿਹਾ, ਉਹਨਾਂ ਦਾ ਤੁਹਾਡੇ ਬਾਰੇ ਕੀ? ਦੇਖੋ ਜਿਹੜਾ ਸਾਡਾ ਸ਼ਾਸਤਰੀ ਨਗਰ ਦਾ ਏਰੀਆ, ਇੱਥੇ ਕੋਈ ਜ਼ਿਆਦਾ ਸਮੱਸਿਆ ਨਹੀਂ ਹੈਗੀ। ਇੱਥੇ 2003 ਦੇ ਵਿੱਚ ਜਦ ਮੈਂ ਸਭ ਤੋਂ ਪਹਿਲਾਂ ਐਮ ਸੀ ਬਣਿਆ ਸੀ, ਸਭ ਤੋਂ ਪਹਿਲਾਂ ਇੰਟਰਲੋਕਿੰਗ ਟਾਈਲ ਮੇਰੇ ਵਾਰਡ 'ਚ ਬਣੀ ਸੀਗੀ, ਸ਼੍ਰੀ ਗਜਾਨੰਦ ਗੋਇਲ ਜੀ ਵਾਲੀ ਗਲੀ ਦੇ ਵਿੱਚ ਮੈਂ ਸਭ ਤੋਂ ਪਹਿਲੀ ਗਲੀ ਉਹ ਬਣੀ ਸੀ। ਹੁਣ ਆਲਮੋਸਟ ਸਾਰਾ ਗੋਬਿੰਦਗੜ੍ਹ ਕਵਰ ਹੋ ਚੁੱਕਿਆ, ਟਾਈਲ ਵਾਲਾ ਟਾਈਲ ਲੱਗ ਚੁੱਕੀ ਆ ਔਰ ਸਟਰੀਟ ਲਾਈਟ, ਅਤੇ ਬਾਕੀ ਲੋਕਾਂ ਦੀਆਂ ਛੋਟੀਆਂ ਮੋਟੀਆਂ ਸਮੱਸਿਆ ਹੁੰਦੀਆਂ ਉਹਨਾਂ ਨੂੰ ਮੈਂ 24 ਘੰਟੇ ਉਹਨਾਂ ਲਈ ਤਿਆਰ ਹੈ। ਕੋਈ ਸੀਵਰੇਜ ਕਿਸੇ ਦਾ ਬੰਦ ਹੈ ਜਾਂ ਸਟਰੀਟ ਲਾਈਟ ਬੰਦ ਹੈ, ਇਹੋ ਜਿਹੇ ਕੰਮ ਤਾਂ ਛੋਟੇ ਮੋਟੇ ਫੋਨ 'ਤੇ ਹੋ ਜਾਂਦੇ ਆ, ਕੋਈ ਖਾਸ ਗੱਲ ਨਹੀਂ। ਇਲੈਕਸ਼ਨ ਲੜਨ ਦਾ ਉਹ ਮੈਂ ਗੋਬਿੰਦਗੜ੍ਹ ਕੀ ਆਪਣਾ ਡਿਸਟ੍ਰਿਕਟ ਫਤਿਹਗੜ੍ਹ ਦੀ ਜ਼ਿੰਮੇਵਾਰੀ ਲਊਂਗਾ। ਜਿਹੜੇ ਸਾਡੇ ਡਿਸਟ੍ਰਿਕਟ ਫਤਿਹਗੜ੍ਹ ਦੇ ਵਿੱਚ ਆਵਾਰਾ ਪਸ਼ੂ ਫਿਰਦੇ ਹੈ ਉਹਨਾਂ ਨੂੰ ਮੈਂ ਪਿੱਛੇ ਐਮ ਪੀ ਦੇ ਵਿੱਚ ਗਿਆ ਸੀ, ਮੈਂ ਉੱਥੇ ਦੇਖ ਕੇ ਆਇਆ, ਉਹਨਾਂ ਨੇ ਬਹੁਤ ਵਧੀਆ ਸਿਸਟਮ ਬਣਾਇਆ ਹੋਇਆ ਸੀ ਆਵਾਰਾ ਪਸ਼ੂ ਉਸ ਏਰੀਏ ਦੇ ਇਕੱਠੇ ਕੀਤੇ ਉਹਨਾਂ ਨੇ, ਉਹਦੇ ਤੋਂ ਮਤਲਬ ਇਨਕਮ ਵੀ ਉਹ ਕਰਦੇ ਸੀਗੇ ਕਿ ਉਹਨਾਂ ਉਹਦੇ ਗੋਬਰ ਤੋਂ ਉਹਨਾਂ ਨੇ ਗੈਸ ਤਿਆਰ ਕੀਤੀ ਔਰ ਗੈਸ ਉਹ ਸਿਲੰਡਰਾਂ 'ਚ ਭਰ ਕੇ ਹੋਟਲਾਂ ਦੇ ਵਿੱਚ, ਰੈਸਟੋਰੈਂਟਾਂ ਦੇ ਵਿੱਚ, ਕਲੱਬਾਂ ਦੇ ਵਿੱਚ ਸਪਲਾਈ ਕਰਦੇ ਸੀ ਔਰ ਉਸ ਦੀ ਇਨਕਮ ਤੋਂ ਹੀ ਆਪਣਾ ਪਸ਼ੂਆਂ ਦਾ ਚਾਰਾ ਮਿਲੀ ਜਾਂਦਾ ਸੀ। ਜਿਹੜੇ ਵਿਚਾਰੇ ਆਵਾਰਾ ਪਸ਼ੂ ਇੰਨੀ ਠੰਡ ਦੇ ਵਿੱਚ ਰਾਤਾਂ ਨੂੰ ਕੋਈ ਕਿਤੇ ਬੈਠਾ, ਕੋਈ ਕਿਤੇ ਬੈਠਾ, ਕੋਈ ਰੋਡ 'ਤੇ ਬੈਠਾ, ਜਿਹਦੇ ਨਾਲ ਸਾਡੇ ਕਈ ਵਾਰ ਐਕਸੀਡੈਂਟ ਵੀ ਬਹੁਤ ਭਾਰੀ ਹੁੰਦੇ ਹੈ ਔਰ ਲੋਕਾਂ ਦੀਆਂ ਜਾਨਾਂ ਵੀ ਚਲੇ ਜਾਂਦੀਆਂ, ਉਹ ਮੈਂ ਸਾਰਾ ਫਤਿਹਗੜ੍ਹ ਜ਼ਿਲ੍ਹਾ ਦੀ ਮੈਂ ਜ਼ਿੰਮੇਵਾਰੀ ਲਊਂਗਾ, ਮੈਂ ਇਹਨੂੰ ਆਵਾਰਾ ਪਸ਼ੂਆਂ ਤੋਂ ਮੁਕਤ ਕਰ ਦੂੰਗਾ। ਤੁਹਾਡਾ ਵਾਰਡ ਲਈ ਹੋਰ ਕੀ ਏਮ ਨੇ ਜਿਹੜੇ ਤੁਹਾਡੇ ਵਾਰਡ ਦੇ ਵਾਸਤੇ ਤੁਸੀਂ ਕਰਨਾ ਚਾਹੁੰਦੇ ਹੋ? ਮੈਂ ਆਪਣੇ ਵਾਰਡ ਦੇ ਵਿੱਚ ਵਾਰਡ ਨੂੰ ਕਾਫੀ ਸੁੰਦਰ ਬਣਾਉਣ ਦੀ ਕੋਸ਼ਿਸ਼ ਕਰੂੰਗਾ, ਜਿਹਦੇ ਨਾਲ ਲਾਈਟਿੰਗ ਸਿਸਟਮ ਜਿਹੜਾ ਸੋਲਰ ਦਾ ਅੱਜ ਕੱਲ੍ਹ ਜਿਹੜਾ ਨਵਾਂ ਸਿਸਟਮ ਹੈ ਸੋਲਰ ਦੀ ਲਾਈਟ ਲਗਾਊਂਗਾ ਔਰ ਵਾਰਡ ਦੇ ਵਿੱਚ ਇੱਕ ਸੁਵਿਧਾ ਸੈਂਟਰ ਦੀ ਸੁਵਿਧਾ ਵੀ ਉਪਲਬਧ ਕਰਾਊਂਗਾ, ਜਿੱਥੇ ਲੋਕਾਂ ਨੂੰ ਬਿਜਲੀ ਦਾ ਬਿੱਲ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਰਾਸ਼ਨ ਕਾਰਡ ਦੀ ਹੈ, ਕਿਸੇ ਨੂੰ ਆਪਣੀ ਲਾਇਸੈਂਸ ਦੀ ਹੈ, ਤਾਂ ਉੱਥੇ ਵੀ ਆ ਕੇ ਉਹਦਾ ਨਾਲ ਦੀ ਨਾਲ ਨਿਪਟਾਰਾ ਮੇਰਾ ਬੰਦਾ ਇੱਕ ਬੈਠੂਗਾ ਉੱਥੇ, ਉਦੋਂ ਨਾਲ ਦੀ ਨਾਲ ਨਿਪਟਾਰਾ ਉਹਦਾ ਕਰਵਾਊਂਗਾ। ਇਹਦੇ ਵਿੱਚ ਲੋਕਾਂ ਦੇ ਬਾਹਰ ਕਈ ਏਰੀਏ ਦੇ ਵਿੱਚ ਜਗ੍ਹਾ ਖਾਲੀ ਹੈ, ਉੱਥੇ ਅਸੀਂ ਪਲਾਂਟਸ ਲਗਾਵਾਂਗੇ। ਪਲਾਂਟਸ ਦੇ ਨਾਲ ਕਿਉਂ ਆਵਾਰਾ, ਹੁਣ ਪਲਾਂਟਸ ਬਚਦੇ ਨਹੀਂ, ਆਵਾਰਾ ਪਸ਼ੂ ਜਦ ਆਉਂਦੇ ਆ ਉਹ ਪਲਾਂਟਸ ਉਹਨੂੰ ਖਾ ਲੈਂਦੇ ਆ, ਤਾਂ ਕਰਕੇ ਪਹਿਲਾਂ ਚੌੜੀ ਗਲੀ ਦੇ ਵਿੱਚ ਮੈਂ ਗਮਲੇ ਲਵਾਏ ਸੀਗੇ ਸ਼੍ਰੀ ਗਜਾਨੰਦ ਗੋਇਲ ਜੀ ਵਾਲੀ ਗਲੀ ਦੇ ਵਿੱਚ, ਉੱਥੇ ਹੀ ਪ੍ਰੋਬਲਮ ਆਉਂਦੀ ਸੀ, ਆਵਾਰਾ ਪਸ਼ੂ ਆਉਂਦੇ ਸੀ ਉਹ ਖਾ ਲੈਂਦੇ ਸੀ ਪਲਾਂਟਸ ਨੂੰ, ਉਹ ਅੱਗੇ ਨਹੀਂ ਵੱਧਦੇ ਸੀਗੇ, ਤਾਂ ਜਦ ਅਸੀਂ ਆਵਾਰਾ ਪਸ਼ੂਆਂ ਨੂੰ ਮੁਕਤ ਕਰ ਦਾਂਗੇ ਆਪਣੇ ਏਰੀਏ 'ਚੋਂ, ਤਾਂ ਪਲਾਂਟ ਵੀ ਵਧੀਆ ਹਰਿਆਲੀ ਉੱਥੇ ਮੈਂ ਕਰਵਾਊਂਗਾ। ਹਾਂਜੀ, ਇੱਕ ਸਾਡੇ 2-3 ਐਸੇ ਪਲੋਟਸ ਪਏ ਆ ਜਿਹੜੇ ਬਹੁਤ ਦੇਰ ਪੁਰਾਣੇ ਪਏ ਆ, ਉੱਥੇ ਲੋਕਾਂ ਦਾ 25-25 ਸਾਲ ਤੋਂ ਮਲਬਾ ਗਿਰਿਆ ਹੋਇਆ ਸੀ, ਮੈਂ ਉਹ ਸਾਰਾ JCB ਲਾ ਕੇ ਮੈਂ ਇਕੱਠਾ ਕਰਵਾਇਆ ਆਪਣਾ ਕਮੇਟੀ ਦੀ JCB ਨਾਲ, ਅਤੇ ਉੱਥੋਂ ਮਲਬਾ ਵੀ ਚੁਕਵਾ ਰਿਹਾ, ਅਤੇ ਇਹਦੇ ਨਾਲ ਉੱਥੇ ਬੱਚਿਆਂ ਦੇ ਖੇਡਣ ਲਈ ਬੈਡਮਿੰਟਨ ਦਾ, ਬਾਸਕਟਬਾਲ ਦਾ ਇੱਕ ਗਰਾਊਂਡ ਬਣ ਜਾਏਗਾ, ਅਤੇ ਲੋਕਾਂ ਨੂੰ ਕਾਰਾਂ ਦੀ ਜਿਹੜੀ ਪਾਰਕਿੰਗ ਦੀ ਸਮੱਸਿਆ ਆਉਂਦੀ ਹੈ, ਪਾਰਕਿੰਗ ਵੀ ਉੱਥੇ ਰਾਤ ਨੂੰ ਹੋ ਸਕਦੀ ਹੈ, ਅਤੇ ਇਹ ਕੰਮ ਜ਼ਰੂਰ ਕਰਵਾਊਂਗਾ ਕਿ ਜਿੱਥੇ ਬੱਚੇ ਆਪਣਾ ਆਰਾਮ ਨਾਲ ਖੇਡ ਸਕਣ।